ਬਹੁਤ ਅੱਛੀ ਨਸਲ ਬਹੁਤ ਅੱਛੇ ਤੋਂ ਅੱਛਾ ਖੂਨ ਹੈ ਸਾਊ ਬੜੀ ਵੇ ਜਿਤਣੀ ਆ ਕੀ ਤੇ ਦੂਸਰਾ ਸੂਹਾ ਸੂਣਾ ਸੋ ਦੂਸਰਾ ਹੁਣ ਪੇਟ ਚੀਜ਼ ਪਈ ਵੇ ਤੇ ਬਹੁਤ ਖੂਬਸੂਰਤ ਹੈ ਅੱਛੀ ਤੋਂ ਅੱਛੀ ਤੇ ਜਿਹੜੇ ਭਾਈ ਵੇਖਣ ਦੋਸਤ ਵੇਖਣ ਸੱਚੀ ਗੱਲ ਹੋਵੇ ਤਕਰੀਬਨ ਇਸ ਵੀ ਕੱਢਣੇ ਨੂੰ ਹਫ਼ਤੇ ਤਕਰੀਬਨ ਲੈ ਜਾਣਾ ਹਾਂ ਹਫ਼ਤੇ ਦੇ ਦਰਬਾਰ ਲੈ ਜਾਣਾ ਜੀ ਅਤੇ ਅੱਲਾ ਖੈਰ ਕਰੇ ਛੋਟੀ ਤੋਂ ਛੋਟੀ ਦੀ ਡਿਮਾਂਡ ਹੈ ਡਿਮਾਂਡ ਕਰੀਏ ਤਾਂ 2.25 ਲੱਖ ਅਤੇ 1,85,000 ਜੀ ਠੀਕ ਹੈ ਡਿਮਾਂਡ ਜੀ ਦੀ ਜਨਾਬ ਇਹਨੇ ਦੂਸਰਾ ਸੂਹਾ ਸੁਣਿਆ ਵੈਰ ਕਰਾ ਕੇ ਮਾਸ਼ਾਅੱਲਾ ਮਾਝਾ ਵਾਲਾ ਥਾਂ ਸੂਹਾ ਸੱਜ ਲੈਂਦੀ ਸੁਣੇ ਚੋਂ ਜਨਾਬ ਸਾਡੀ ਲੋਕੇਸ਼ਨ ਹੈ ਜਿਹੜਾ ਸਰਗੋਦਾ ਸਰਗੋਦੇ ਦਾ ਛੋਟਾ ਜਿਹਾ ਸ਼ਹਿਰ ਹੈ ਜਨਾਬ ਜਾਵਰੀਆਂ ਜਾਵਰੀਆਂ ਦੇ ਨਾਲ ਸਾਡਾ ਗਾਂਵ ਹੈ ਜਨਾਬ ਹਯਾਤ ਰਾਬਤਾ ਨੰਬਰ ਜਨਾਬ ਹਾਜੀ ਮੁਹੰਮਦ ਅਸਲਮ ਵੜੈਚ 0341-6492-3205 0-399-63-690 ਸਭ ਦੋਸਤਾਂ ਨੂੰ ਭਾਈਆਂ ਨੂੰ ਬੱਚਿਆਂ ਨੂੰ ਗੁਜ਼ਾਰਿਸ਼ ਹੈ ਕਿ ਸਾਡਾ ਮਵੇਸ਼ੀ ਮੰਡੀ ਚੈਨਲ ਜ਼ਰੂਰ ਲਾਇਕ ਕਰਿਆ ਕਰੋ ਔਰ ਸਭ ਦੋਸਤਾਂ ਨੂੰ ਰਮਜ਼ਾਨ ਸ਼ਰੀਫ ਦੀ ਬਹੁਤ ਮੁਬਾਰਕ ਔਰ ਆਪਣਾ ਸਾਥ ਇਹ ਦੁਆ ਹੈ ਕਿ ਅੱਲਾ ਪਾਕ ਇਸ ਕਰੋਨਾ ਦੇ ਇਸ ਕਰੋਨਾ ਵਾਇਰਸ ਨੂੰ ਸਾਡੇ ਮੁਲਕ ਨੂੰ ਸਾਡੇ ਸ਼ਹਿਰ ਨੂੰ ਤਮਾਮ ਦੁਨੀਆ ਨੂੰ ਅੱਲਾ ਪਾਕ ਮਹਫੂਜ਼ ਰੱਖੇ ਆਮੀਨ ਸਭ ਦੋਸਤਾਂ ਨੂੰ ਅਸਲਾਮ ਅਲੈਕੁਮ ਬਹੁਤ ਸ਼ੁਕਰੀਆ ਜੀ ਹਾਂਜੀ ਸਾਹਿਬ ਅੱਜ ਤੂੰ ਵੇਖੋ ਇਸ ਕਾਜ ਦੇ ਤਾਂ ਮਾਸ਼ਾਅੱਲਾ ਜੀ ਸ਼ੇਖ ਸਾਹਿਬ ਅਸਲਾਮ ਅਲੈਕੁਮ ਮਾਸ਼ਾਅੱਲਾ ਵਾਲੇਕੁਮ ਸਲਾਮ ਭਾਈ ਸਾਹਿਬ ਵੇਖੋ ਮਾਸ਼ਾਅੱਲਾ ਜੀ ਮਾਸ਼ਾਅੱਲਾ ਦੂਸਰੇ ਸੂਹੇ ਸੁਣਾ ਚੋਲਿਸਤਾਨ ਕਰਾਸ ਮਾਸ਼ਾਅੱਲਾ ਬਹੁਤ ਵੱਡੀ ਵੈਲ ਹੈ ਮਾਸ਼ਾਅੱਲਾ ਤੇ ਬਹੁਤ ਵੱਡਾ ਜਾਨਵਰ ਹੈ ਥਣ ਚੱਡੇ ਵੇਖੋ ਮਾਸ਼ਾਅੱਲਾ ਹਰ ਪਾਸ ਪੂਰੀ ਤੇ ਅਗਦੋ ਤੋ ਤਾਂ ਨਸੀਬ ਨਾਲ ਜੀ ਤੇ ਕੰਮ ਸੁਕਮ ਦਾ ਹੱਕ ਹੈ ਵੀ ਫੇਰ ਬਾਈ ਫੇਰ ਦੁੱਧ ਦੇਣਾ ਕੋਈ ਨਹੀਂ ਪਾ ਰਹੇ ਇਤਨਾ ਦੁੱਧ ਨੂੰ ਕੋਈ ਭਾਰ ਨਹੀਂ ਹੈ ਤੇ ਜੋ ਖਿਆਲ ਹੀ ਥੋੜਾ ਡਰ ਡਰ ਕੇ ਦਸੀਂਦਾ ਪਰ ਜਿਹੜੇ ਦੋਸਤ ਵੇਖਣ ਉਹਨਾਂ ਦੀ ਯਾਰ ਗੱਲ ਪਸੰਦ ਲੱਗੇ ਜਿਹੜੀ ਗੱਲ ਕਰੀਏ ਸੱਚੀ ਹੋਵੇ ਕੂੜ ਤੋਂ ਹੋਵੇ ਜ਼ਰਾ ਜਿਤਣਾ ਵੀ ਮਾਸ਼ਾਅੱਲਾ ਦੇਰ ਚੰਗੀ ਚਲੋ ਬਣਦੀ ਪੈਸੇ ਜਿਹੜੇ ਨਹੀਂ ਜੀ 2.5 ਲੱਖ ਰੁਪਏ ਡਿਮਾਂਡਾਂ ਕਰੀਏ ਤੇ 3 ਲੱਖ ਕਰੀਏ ਤੇ 3.5 ਅਤੇ 2.5 ਲੱਖ ਇੱਕ ਵਾਰੀ ਥੋੜ੍ਹੀ ਡਿਮਾਂਡਾਂ ਕਰਦੀਆਂ ਹਨ ਦੋਸਤਾਂ ਨੂੰ ਮਾਲ ਵਿਖਾਉਣਾ ਔਰ ਦੇਣਾ ਜਨਾਬ ਸਾਡੀ ਲੋਕੇਸ਼ਨ ਹੈ ਜਿਹੜਾ ਸਰਗੋਦਾ ਸਰਗੋਦੇ ਦਾ ਛੋਟਾ ਜਿਹਾ ਸ਼ਹਿਰ ਹੈ ਜਨਾਬ ਜਾਵਰੀਆਂ ਜਾਵਰੀਆਂ ਦੇ ਨਾਲ ਸਾਡਾ ਗਾਂਵ ਹੈ ਜਨਾਬ ਹਯਾਤਪੁਰ ਰਾਬਤਾ ਨੰਬਰ ਹੈ ਜਨਾਬ ਹਾਜੀ ਮੁਹੰਮਦ ਅਸਲਮ ਵੜੈਚ 0-300-41-6-92-3205 0-399-63-690 ਸਭ ਦੋਸਤਾਂ ਨੂੰ ਭਾਈਆਂ ਨੂੰ ਬੱਚਿਆਂ ਨੂੰ ਰਮਜ਼ਾਨ ਸ਼ਰੀਫ ਦੀ ਬਹੁਤ ਬਹੁਤ ਮੁਬਾਰਕ ਔਰ ਸਾਡੀ ਇਹ ਦੁਆ ਹੈ ਕਿ ਸਾਡੇ ਇਸ ਮੁਲਕ ਨੂੰ ਔਰ ਪੂਰੀ ਦੁਨੀਆ ਨੂੰ ਸਾਡੇ ਸ਼ਹਿਰ ਨੂੰ ਅੱਲਾ ਪਾਕ ਇਸ ਕਰੋਨਾ ਤੋਂ ਮਹਿਫੂਜ਼ ਫਰਮਾਏ ਸਭ ਦੋਸਤਾਂ ਨੂੰ ਔਰ ਸਭ ਦੋਸਤਾਂ ਨੂੰ ਰਮਜ਼ਾਨ ਸ਼ਰੀਫ ਦੀ ਬਹੁਤ ਮੁਬਾਰਕ ਹੋਵੇ ਜੀ ਅਸਲਾਮ ਅਲੈਕੁਮ ਰਸਤੇ ਦੇ ਦੋਸਤ ਕੀ ਕਰਾਂ